ਇਹ ਰੱਬ ਝੂਠ ਨਾ ਬੁਲਾਏ ਤੇ ਸਾਡੀ ਮੈਡਮ ਹੋਰਾਂ ਦੇ ਵਾਲਦਾ ਮਾਜਦਾ ਲੱਗਦੇ ਨੇ। ਮਾਂ ਜੀ ਇਹ ਕੀ ਕਰ ਰਹੇ ਹੋ? ਹਵਾਲਦਾਰ ਤੂੰ ਅੰਨਾ ਤੇ ਨਹੀਂ ਹੋ ਗਿਆ, ਖਰੀਦਦਾਰੀ ਕਰ ਰਹੀ ਆ। ਮੈਂ ਤੇ ਨਹੀਂ ਜੀ ਅੰਨਾ ਹੋਇਆ, ਪਰ ਮੈਡਮ ਆਪਦਾ ਹੋਰਾਂ ਨੂੰ ਪਤਾ ਲੱਗ ਗਿਆ ਨਾ, ਉਹਨਾਂ ਨੇ ਮੇਰਾ ਕੀਮਾ ਕਰ ਦੇਣਾ। ਓ ਪਲੀਜ਼ ਤੁਸੀਂ ਘਰ ਜਾਓ, ਇਹ ਕੰਮ ਮੇਰਾ ਹੈ। ਤੇਰਾ ਕੰਮ ਸਿਰਫ ਮੇਰੀ ਧੀ ਨਾਲ ਡਿਊਟੀ ਕਰਨਾ, ਮੈਂ ਆਪਣਾ ਕੰਮ ਆਪ ਕਰਨੀ ਹੈ। ਕਮਾਲ ਹੈ, ਥਾਣੇਦਾਰ ਦੇ ਰਿਸ਼ਤੇਦਾਰ ਹੋਣ ਤੇ ਮਹੱਲੇ ਦੇ ਵਿੱਚ ਕਹਿ ਕੇ ਨਾ ਸਲੂਟ ਮਰਵਾਉਂਦੇ ਨੇ। ਤੁਸੀਂ ਤੇ ਇੰਸਪੈਕਟਰ ਸਾਹਿਬਾ ਦੀ ਸੱਕੀ ਵਾਲਦਾ ਹੋ, ਤੁਹਾਨੂੰ ਤੇ ਅੰਨੀ ਪਾਣੀ ਚਾਹੀਦੀ। ਮੇਰਾ ਮਤਲਬ ਹੈ ਕਿ ਘਰੋਂ ਖਾਲੀ ਬਟਵਾ ਲੈ ਕੇ ਜਾਓ, ਜਦੋਂ ਘਰ ਵਾਪਸ ਆਓ ਤਾਂ ਬਟਵਾ ਨੋਟਾਂ ਨਾਲ ਭਰਿਆ ਹੋਣਾ ਚਾਹੀਦਾ। ਬਕਵਾਸ ਬੰਦ ਕਰ, ਮੈਂ ਆਪਣੇ ਘਰ ਹਰਾਮ ਦਾ ਨਹੀਂ ਹਲਾਲ ਦਾ ਰਿਜ਼ਕ ਲੈ ਜਾਂਦੀ ਹਾਂ। ਹਲਾਲ ਦੇ ਰਿਜ਼ਕ ਦੀਆਂ ਜੀ ਬਾਤਾਂ ਹੀ ਕੁਛ ਹੋਰ ਨੇ, ਇਹ ਇੱਧਰ ਫੜਾਓ ਮੈਨੂੰ। ਤੈਨੂੰ ਕਿੰਨੀ ਵਾਰੀ ਕਿਹਾ ਕਿ ਮੈਂ ਆਪਣੇ ਕੰਮ ਆਪ ਕਰਨੀ ਆ। ਪਰ ਤੁਹਾਡੀ ਧੀ ਨੂੰ ਕੌਣ ਸਮਝਾਇਆ ਜੀ, ਉਹ ਤੇ ਚਿੰਗਚੀ ਵਾਲਿਆਂ ਤੋਂ ਲੈ ਕੇ 2 ਨੰਬਰ ਦੁਕਾਨਦਾਰਾਂ ਤੱਕ ਸਾਰੇ ਕੰਮ ਮੇਰੇ ਕੋ ਕਰਾਂਦੇ ਨੇ। ਤੇਰਾ ਮਤਲਬ ਰਿਸ਼ਵਤ ਆ ਤੇ ਨਹੀਂ? ਹੁਣ ਨਹੀਂ ਜੀ ਨਹੀਂ, ਉਹ ਤੇ ਬਹੁਤ ਹੀ ਚੰਗੇ ਬੀਬੀ ਨੇ। ਉਹ ਮੇਰਾ ਮਤਲਬ ਹੈ ਕਿ ਚਿੰਗਚੀ ਵਾਲਿਆਂ ਨੇ ਜਗ੍ਹਾ ਜਗ੍ਹਾ ਤੇ ਖਿਲਾਰ ਕੇ ਗੱਡੀਆਂ ਅੱਡੇ ਬਣਾਏ ਹੋਏ ਨੇ। ਕਿੰਨੇ ਪੈਸੇ? ਓਏ ਕਾਹਦਾ 100 ਰੁਪਈਆ ਹੈ, ਉਹ ਕਾਹਦੀ ਲੁੱਟ ਪਾਈ ਹੈ ਤੈਨੂੰ ਨਹੀਂ ਪਤਾ? ਇਸ ਇਲਾਕੇ ਦੇ ਇੰਸਪੈਕਟਰ ਦੀ ਮਾਂ ਹੈ। ਓਏ ਹੋਸ਼ਕਾਰ ਹੈ, ਕਾਹਦੇ ਪੈਸੇ? ਚਲੋ ਜੀ ਚਲੋ, ਪੈਸੇ ਆ ਜਾਣਗੇ। ਮੈਂ ਚੀਜ਼ ਖਰੀਦੀ ਹੈ ਨਾ ਹਵਾਲਦਾਰ, ਤੇ ਪੈਸੇ ਵੀ ਮੈਂ ਹੀ ਦਿਆਂਗੀ। ਆਓ ਜੀ ਮੈਂ ਤੁਹਾਨੂੰ ਗੱਡੀ ਤੱਕ ਛੱਡ ਆਣਾ। ਓਏ ਇੱਧਰ ਕੱਢ ਪੈਸੇ। ਓਏ ਅਸੀਂ ਲੋਕਾਂ ਨੂੰ ਲੁੱਟਣੇ ਆ, ਤੂੰ ਸਾਨੂੰ ਲੁੱਟਣ ਦੇ? ਆਲੋ ਸਰਕਾਰ, ਇਹ ਤੇ ਹੋ ਗਏ ਨਾ ਸਾਡੇ, ਤੇ ਜਿਹੜੀ ਚੌਂਕ 'ਚ ਤੂੰ ਰੇੜੀ ਲਾ ਕੇ ਗੰਦ ਖਿਲਾ ਰਿਹਾ ਉਹ ਕਿੰਨੇ ਦੇਣੇ ਨੇ? ਗੱਲ ਸੁਣ, ਮੁੱਠ ਰੱਖੀ, ਮਾਰਾਂ ਨੂੰ ਪਤਾ ਨਾ ਲੱਗੇ। ਜੇ ਪਤਾ ਲੱਗ ਗਿਆ ਨਾ ਤੇ ਫਿਰ ਚੌਂਕ 'ਚ ਰੇੜੀ ਨਾ ਲਾਈ। ਨਹੀਂ ਨਹੀਂ ਪਤਾ ਨਹੀਂ ਲੱਗਦਾ। ਆ ਬਸ ਠੀਕ ਹੈ। ਗਵਾਹੋਂ ਕੇ ਬਿਆਨਾਤ ਔਰ ਵਕਲਾ ਕੀ ਬਹਿਸ ਕੇ ਬਾਅਦ ਅਦਾਲਤ ਮੁਲਜ਼ਮ ਰਾਜੂ ਉਰਫ ਤੇਜ਼ੀ ਕੋ ਬਾਇੱਜ਼ਤ ਬਰੀ ਕਰਤੀ ਹੈ। ਤੈਨੂੰ ਰਿਹਾਈ ਮੁਬਾਰਕ ਹੋਏ ਰਾਜੂ। ਸਾਨੂੰ ਕਾਹਦੀਆਂ ਮੁਬਾਰਕਾਂ? ਮੁਬਾਰਕ ਤੇ ਤੁਹਾਨੂੰ ਹੋਣੀ ਚਾਹੀਦੀ ਜਿਹਨਾਂ ਸਾਨੂੰ ਇਸ ਕੇਸ ਤੋਂ ਬਚਾ ਲਿਆ। ਮੈਂ ਮਰਦਾਂ ਦੇ ਖਿਲਾਫ ਜ਼ਰੂਰ ਹਾਂ, ਪਰ ਔਰਤ ਦੀ ਖਾਤਰ ਲੜਨ ਵਾਲੇ ਮਰਦਾਂ ਨੂੰ ਕਦੀ ਸਜ਼ਾ ਵੀ ਨਹੀਂ ਹੁੰਦੀ। ਆਪਣੇ ਆਪਣੇ ਅਸੂਲਾਂ ਦੀ ਗੱਲ ਹੈ। ਅੱਬਾ ਪਹਿਲਵਾਨ ਨੇ ਤੁਹਾਡੀ ਫੀਸ? ਫੀਸ ਮੈਨੂੰ ਮਿਲ ਗਈ ਹੈ, ਤਾਂ ਅੱਬਾ ਪਹਿਲਵਾਨ ਨੂੰ ਮੇਰਾ ਸਲਾਮ ਕਹਿ ਦੀ, ਤੂੰ ਹੁਣ ਤੂੰ ਜਾ ਸਕਦਾ। ਬੜੀ ਮਿਹਰਬਾਨੀ। ਨਹੀਂ ਚਾਹੀਦੇ ਮੈਨੂੰ ਤੁਹਾਡੇ ਦਵਾਈ, ਮੈਂ ਮਰਨਾ ਚਾਹੁੰਦਾ ਵਾ, ਛੱਡ ਦੇ ਮੈਨੂੰ। ਫਿਜ਼ਾ। ਯੈਸ ਡਾਕਟਰ। ਹੁਣੇ ਹੁਣੇ ਇੱਥੇ ਕੋਈ ਸ਼ੋਰ ਮਚਾ ਰਿਹਾ ਸੀ। ਇੱਕ ਮਰੀਜ਼ ਹੈ ਡਾਕਟਰ ਸਾਹਿਬਾ, ਜਿਹਨੇ ਸਾਡਾ ਨੱਕ 'ਚ ਦਮ ਕਰ ਛੱਡਿਆ, ਨਾ ਦਵਾਈ ਖਾਂਦਾ ਨਾ ਮਗਰੋਂ ਲੈਂਦਾ, ਉਲਟਾ ਸਾਡੇ ਨਾਲ ਝਗੜਾ ਕਰਦਾ। ਇੰਜ ਨਹੀਂ ਆਖੀਦਾ ਫਿਜ਼ਾ, ਡਾਕਟਰ ਤੇ ਨਰਸ ਨੂੰ ਮਰੀਜ਼ ਦੀਆਂ ਕੋੜੀਆਂ ਗੱਲਾਂ ਵੀ ਬੜੇ ਸਬਰੋ ਤਹਮੁਲ ਨਾਲ ਸੁਣਨੀਆਂ ਪੈਂਦੀਆਂ ਨੇ। ਉਸ ਮਰੀਜ਼ ਨੂੰ ਸਮਝਾਓ ਕਿ ਜ਼ਿੰਦਗੀ ਮੌਤ ਦੀ ਅਮਾਨਤ ਹੈ, ਤੇ ਇਸ ਅਮਾਨਤ ਵਿੱਚ ਖਿਆਨਤ ਕਰਨ ਵਾਲਾ ਹਰਾਮ ਮੌਤ ਮਰੇਗਾ। ਅਸੀਂ ਤੇ ਉਹਨੂੰ ਸਮਝਾ ਸਮਝਾ ਕੇ ਥੱਕ ਗਿਆ ਡਾਕਟਰ ਸਾਹਿਬਾ, ਹੁਣ ਤੇ ਉਹਨੂੰ ਅੱਲਾ ਹੀ ਸਮਝਾਏਗਾ। ਹੁਣ ਕਿਹੜੀ ਫਰਮਾਇਸ਼ ਪਾਉਣ ਵਾਸਤੇ ਰੁਕ ਗਿਆ ਨਾਮਾ ਨੀਮਾ? ਮੰਮੀ ਇਹ ਮੰਮੀ ਹੈ। ਕੀ ਹੈ? ਉਹ ਕੀ ਖਾਂਦੇ ਪਏ ਨੇ? ਵੇ ਗੋਲੀ ਮਾਰਦੇ ਇਹਨਾਂ ਨੂੰ। ਛੂ ਛੂ ਵੇ ਜਹਾਜ਼ ਨੇ ਜਹਾਜ਼ ਜਹਾਜ਼ ਆਹੋ ਉਹ ਕੰਮ ਬਣ ਗਿਆ, ਕੰਮ ਬਣ ਗਿਆ। ਵੇ ਕੀ ਕੰਮ ਬਣ ਗਿਆ? ਬਣ ਗਿਆ ਕੀ? ਹੁਣ ਤੇ ਮੈਂ ਮਲਿਕਾ ਜਾਵਾਂ ਹੀ ਜਾਵਾਂ, ਜਾਵਾਂ ਹੀ ਜਾਵਾਂ, ਜਾਵਾਂ ਹੀ ਜਾਵਾਂ, ਜਾਵਾਂ ਹੀ ਜਾਵਾਂ। ਵੇ ਸਾਈਂ
ਜਹਾਜ਼ਾਂ ਚ ਕੋਈ ਫਨੀ ਖਲਾਬੀ ਹੈ? ਪੈਟਰੋਲ ਇੰਨਾ ਮਹਿੰਗਾ ਹੋ ਗਿਆ ਯਾਰ। ਨਸ਼ਾ ਛੱਡ ਨਸ਼ਿਆਂ ਨੂੰ, ਚੱਲ ਘਰ ਚਲੀਏ। ਮੈਂ ਨੀ ਮੈਂ ਤਾਂ ਬਹਿ ਕੇ ਅਮਰੀਕਾ ਜਾਣਾ। ਵੇ ਅਮਰੀਕਾ ਨੀ ਜਾਂਦੇ ਤੇ ਹੋਰ ਕਿੱਥੇ ਜਾਂਦੇ ਨੀ? ਇਹ ਥਾਣੇ ਜਾਂਦੇ ਹੀ ਹੋ। ਹੈਂ, ਇਹ ਥਾਣੇ ਜਾਂਦੇ ਨੇ? ਆਹੋ। ਮੈਂ ਨੀ ਜਾਣਾ ਥਾਣੇ, ਆਪੇ ਜਾਓ, ਆਪੇ ਜਾਓ। ਮੈਂ ਥਾਣੇ ਨੀ ਜਾਣਾ। ਸ਼ੁਕਰੀਆ, ਉਹ ਬਜ਼ੁਰਗ ਬੱਚਾ ਮਗਰ ਲੱਥਾ। ਪੁੜੀ ਕੀ ਕਰਦੀ ਵੀ? ਪੁੜੀ? ਓਏ ਯਾਰ, ਉਹ ਸ਼ੀਸ਼ਾ ਵੇਖ ਕੇ ਮੇਕਅਪ ਠੀਕ ਕਰ ਰਹੀ ਹੈ ਯਾਰ। ਮੈਂ ਸਮਝਾ ਫੋਟੋ ਲਾ ਰਹੀ। ਸਾਡੇ ਗਾਹਕਾਂ ਦੀ ਵੀਡੀਓ ਫਿਲਮ ਬਣਾਉਣ ਵਾਲੀ ਤੂੰ ਕੌਣ ਹੈ? ਕ੍ਰਾਈਮ ਰਿਪੋਰਟਰ ਵਾਸਦਾ, ਤੇ ਛੱਡ ਮੇਰਾ ਹੱਥ, ਨਹੀਂ ਤੇ ਇਹਨਾਂ ਹੱਥਾਂ 'ਚ ਹੱਥਕੜੀ ਲਵਾ ਦਿਆਂਗੇ। ਤੂੰ ਜਾਣਦੀ ਨਹੀਂ ਸਾਡੀ ਪਹੁੰਚ ਉੱਤੇ ਕੀ ਕਰੇ ਤੇ ਸ਼ਾਹੀ ਹੋਣਾ ਦੀ ਪਹੁੰਚ ਅਲਮੀਆਂ ਤੱਕ ਲੈ। ਬਾਜੀ ਜੀ ਨੇ ਤੁਹਾਨੂੰ ਛੇਲਿਆ? ਤੂੰ ਬਾਜੀ ਹੋਰਾਂ ਨੂੰ ਛੇਲਣਾ ਤੇਲੀ ਆ ਜੁਲਤ? ਆ ਤੈਨੂੰ ਮੈਂ ਨਹੀਂ ਛੱਡਣੀ ਓਏ। ਹਈ 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 ਮੰਮੀ 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 ਮਾਰ ਦੇ ਯੋ। ਮੰਮੀ ਹਾਂ, ਇਹ ਪੁਲੀ ਕਿੱਧਰ ਗਈ ਹੂ? ਮੈਂ ਛੱਡ ਤੂੰ ਪਰਾ। ਛੱਡ ਕਿਉਂ? ਕਿਉਂ? ਪੁਲੀਆਂ ਬਲੀਆਂ ਛਾਵਾਂ ਹੁੰਦੀਆਂ ਨੀ? ਅੱਛਾ, ਲੜਾਈ ਕਲਾ ਕੇ ਆਪ ਗਾਇਬ ਹੋ ਜਾਂਦੀਆਂ ਨੀ? ਮੈਂ ਇਹਨੂੰ ਨਹੀਂ ਛੱਡਣਾ, ਮੈਂ ਲੱਭ ਕੇ ਆਉਣੀ। ਚੱਲ ਫਿਰ। ਚਿੜੀ ਪਿਆਰ ਦੀ, ਖਿਚੜੀ ਪਿਆਰ ਦੀ, ਉਹ ਖਿਚੜੀ ਪਿਆਰ ਦੀ। ਵੇਖਣ ਦੇ ਵਿੱਚ ਵੱਖੋ ਵੱਖ ਪਰ ਇੱਕੇ ਸਾਡੀ ਜਾਨ, ਇੱਕੇ ਸਾਡੀ ਜਾਨ। ਯਾਰਾਂ ਦੇ ਲਈ ਬਾਪੁਰੇ ਦੀ, ਦੁਸ਼ਮਣ ਲਈ ਤੂਫਾਨ, ਦੁਸ਼ਮਣ ਲਈ ਤੂਫਾਨ।